Hello students, I am Sukhwinder Kaur, Assistant Professor, Department of Economics, GGDSD College, Hariana. Today in this lecture we just see features or characteristics of an Indian economy as an underdeveloped economy. This topic will be ਇੱਕ ਅਲਵਿਕਸਿਤ ਅਰਥਵਿਵਸਥਾ ਦੇ ਰੂਪ ਦੇ ਵਿੱਚ ਭਾਰਤੀ ਅਰਥਵਿਵਸਥਾ ਦੀਆਂ ਵਿਸ਼ੇਸ਼ਤਾਵਾਂ ਭਾਰਤੀ ਅਰਥਵਿਵਸਥਾ ਦੀਆਂ ਵਿਸ਼ੇਸ਼ਤਾਵਾਂ ਇੱਕ ਅਲਵਿਕਸਿਤ ਅਰਥਵਿਵਸਥਾ ਦੇ ਰੂਪ ਦੇ ਵਿੱਚ ਇਹ ਟੌਪਿਕ ਅਸੀਂ ਕਰਾਂਗੇ ਇੱਕ ਅਲਵਿਕਸਿਤ ਅਰਥਵਿਵਸਥਾ ਦੇ ਰੂਪ ਦੇ ਵਿੱਚ ਇੰਡੀਅਨ ਇਕਨੋਮੀ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਕਿਉਂਕਿ ਲਾਸਟ ਲੈਕਚਰ ਦੇ ਵਿੱਚ ਅਸੀਂ ਕੀਤਾ ਸੀ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਜਿਨ੍ਹਾਂ ਦੇ ਬੇਸ ਦੇ ਉੱਤੇ ਅਸੀਂ ਇੱਕ ਪਾਰਟੀਕੂਲਰ ਇਕਨੋਮੀ ਨੂੰ ਅੰਡਰ ਡਿਵੈਲਪ ਇਕਨੋਮੀ ਕਹਿ ਦਿੰਦੇ ਹਾਂ ਅਤੇ ਉਹਦੇ ਵਿੱਚੋਂ ਇੰਡੀਆ ਦੇ ਵਿੱਚ ਇੰਡੀਆ ਨੂੰ ਜੇ ਅਸੀਂ ਇੱਕ ਅੰਡਰ ਡਿਵੈਲਪ ਇਕਨੋਮੀ ਕਹਿੰਦੇ ਹਾਂ ਤਾਂ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਉਹ ਪਾਈਆਂ ਜਾਂਦੀਆਂ ਜਿਹਦੇ ਕਰਕੇ ਇੰਡੀਆ ਇੱਕ ਅੰਡਰ ਡਿਵੈਲਪ ਇਕਨੋਮੀ ਕਹਾਉਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਉਹ ਹੈਗਾ ਜੀ ਲੋ ਐਂਡ ਨੀਅਰ ਸਟੈਗਨੈਂਟ ਪਰ ਕੈਪਟਾ ਇਨਕਮ ਨਿਯਮਾਂ ਅਤੇ ਲਗਭਗ ਸਥਿਰ ਪ੍ਰਤੀ ਵਿਅਕਤੀ ਆਮਦਨ ਜਿਹੜੀ ਸਾਡੀ ਪ੍ਰਤੀ ਵਿਅਕਤੀ ਆਮਦਨ ਹੈ ਇੰਡੀਆ ਦੀ ਉਹ ਬਹੁਤ ਘੱਟ ਹੈ ਅਤੇ ਲਗਭਗ ਬਹੁਤ ਸਾਰੇ ਸਾਲਾਂ ਤੋਂ ਕੋਂਸਟੈਂਟ ਹੀ ਚੱਲੀ ਆਉਂਦੀ ਹੈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਡਿਵੈਲਪ ਕੰਟਰੀਜ਼ ਦੇ ਮੁਕਾਬਲੇ ਸਾਡੀ ਪ੍ਰਤੀ ਵਿਅਕਤੀ ਆਮਦਨ ਬਹੁਤ ਘੱਟ ਆ ਵਰਲਡ ਡਿਵੈਲਪਮੈਂਟ ਰਿਪੋਰਟ 2015 ਦੇ ਅਨੁਸਾਰ ਪਰ ਕੈਪਟਾ ਇਨਕਮ ਅਤੇ ਖਰੀਦ ਸ਼ਕਤੀ ਦੀ ਸਮਤਾ ਦੇ ਆਧਾਰ 'ਤੇ $5,350 ਅਤੇ ਵਟਾਂਦਰੇ ਦੇ ਆਧਾਰ 'ਤੇ $1,499 ਹੈ ਪ੍ਰਤੀ ਵਿਅਕਤੀ ਆਮਦਨ ਖਰੀਦ ਸ਼ਕਤੀ ਸਮਤਾ ਮੀਨਸ ਪਰਚੇਜ਼ਿੰਗ ਪਾਵਰ ਦੇ ਆਧਾਰ 'ਤੇ ਸਾਡੀ ਇੰਡੀਆ ਦੀ $5,350 ਹੈ ਅਤੇ ਵਟਾਂਦਰੇ ਦੀ ਦਰ ਦੇ ਆਧਾਰ 'ਤੇ $1,499 ਹੈ ਜਦਕਿ ਜੇ ਅਸੀਂ ਇਹਨੂੰ ਡਿਵੈਲਪ ਕੰਟਰੀਜ਼ ਦੇ ਨਾਲ ਕੰਪੇਅਰ ਕਰੀਏ ਤਾਂ USA ਸਵਿਟਜ਼ਰਲੈਂਡ ਵਰਗੀਆਂ ਕੰਟਰੀਜ਼ ਦੇ ਵਿੱਚ ਪਰ ਕੈਪਟਾ ਇਨਕਮ ਖਰੀਦ ਸ਼ਕਤੀ ਦੇ ਆਧਾਰ 'ਤੇ $53,570 ਅਤੇ ਵਟਾਂਦਰੇ ਦੇ ਆਧਾਰ 'ਤੇ $59,210 ਮੀਨਸ ਉਹਨਾਂ ਦਾ $53,000 ਅਤੇ ਸਾਡਾ $5,300 ਮੀਨਸ ਸਾਡਾ $53,550 ਅਤੇ ਉਹਨਾਂ ਦਾ $53,570 ਸਾਡਾ $1,499 ਉਹਨਾਂ ਦਾ $59,210 ਇਹਦੇ ਇਸ ਡਾਟੇ ਦੇ ਬੇਸ ਦੇ ਉੱਤੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਪ੍ਰਤੀ ਵਿਅਕਤੀ ਆਮਦਨ ਬਹੁਤ ਘੱਟ ਵੀ ਹੈ ਅਤੇ ਲਗਾਤਾਰ ਕਾਫੀ ਸਾਲਾਂ ਤੋਂ ਤਕਰੀਬਨ ਇੱਕੋ ਜਿਹੀ ਵੀ ਆ ਉਹਦੇ ਵਿੱਚ ਵਾਧਾ ਵੀ ਨਹੀਂ ਹੋਇਆ ਅਤੇ ਨੈਕਸਟ ਹੈਗਾ ਜੀ ਲੋ ਸਟੈਂਡਰਡ ਆਫ ਲਿਵਿੰਗ ਕਿ ਇੰਡੀਆ ਦੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਜਿਹੜਾ ਰਹਿਣ ਸਹਿਣ ਆ ਉਹ ਬਹੁਤ ਨਿਮਨ ਪੱਧਰ ਦਾ ਰੋਟੀ ਕੱਪੜਾ ਮਕਾਨ ਦੀਆਂ ਜ਼ਰੂਰਤਾਂ ਹੀ ਕਈ ਲੋਕਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਲੋਕਾਂ ਨੂੰ ਭਾਰਤ ਦੇ ਵਿੱਚ ਇੱਕ ਵਿਅਕਤੀ ਨੂੰ ਔਸਤਨ 2496 ਕੈਲੋਰੀਜ਼ ਭੋਜਨ ਰੋਜ਼ ਪ੍ਰਾਪਤ ਹੁੰਦਾ ਜਦਕਿ ਵਿਕਸਿਤ ਦੇਸ਼ਾਂ ਦੇ ਵਿੱਚ 3400 ਕੈਲੋਰੀਜ਼ ਉਹਨਾਂ ਨੂੰ 3400 ਕੈਲੋਰੀਜ਼ ਪ੍ਰਾਪਤ ਹੁੰਦੀਆਂ ਹਨ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਸਾਡੇ ਇੱਥੇ ਆਮਦਨ ਦੀ ਜਿਹੜੀ ਵੰਡ ਆ ਉਹ ਬਰਾਬਰ ਨਹੀਂ ਆ ਅਨਇਕੁਅਲ ਆ ਸਾਡੀ ਜਿਹੜੀ ਜਿਹੜਾ ਸਾਡਾ ਜ਼ਿਆਦਾ ਪਾਰਟ ਹੈ ਸਾਡੀ ਇਨਕਮ ਦਾ ਵੱਡਾ ਹਿੱਸਾ ਉਹ ਸਿਰਫ 20% ਲੋਕਾਂ ਦੇ ਕੋਲ ਆ ਅਤੇ ਥੋੜ੍ਹਾ ਜਿਹਾ ਹਿੱਸਾ 80% ਲੋਕਾਂ ਦੇ ਕੋਲ ਅਤੇ ਖੇਤੀ ਅਤੇ ਭਾਰੀ ਨਿਰਭਰਤਾ ਸਾਡੀ ਜਿਹੜੀ ਪਾਪੂਲੇਸ਼ਨ ਆ ਉਹਦਾ 50% ਰਾਊਂਡ ਅਬਾਊਟ 50% ਲਗਭਗ ਸਾਰਾ ਐਗਰੀਕਲਚਰ ਦੇ ਉੱਤੇ ਡਿਪੈਂਡ ਕਰਦਾ ਹੈ ਹਰੀ ਕ੍ਰਾਂਤੀ ਦੇ ਕਰਕੇ ਸਾਡੀ ਜਿਹੜੀ ਆਤਮ ਨਿਰਭਰਤਾ ਤਾਂ ਖੈਰ ਅਸੀਂ ਪ੍ਰਾਪਤ ਕਰ ਲਈ ਹੈ ਪਰ ਫਿਰ ਵੀ ਸਾਡੀ ਐਗਰੀਕਲਚਰ ਹੈ ਜਿਹੜੀ ਅਜੇ ਤੱਕ ਵੀ ਪਿਛੜੀ ਹੋਈ ਹੈ ਅਜੇ ਵੀ ਕਈ ਜਗ੍ਹਾ 'ਤੇ ਐਗਰੀਕਲਚਰ ਲਈ ਪੁਰਾਣੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਆ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਨੈਕਸਟ ਹੈ ਜੀ ਹਾਈ ਗਰੋਥ ਰੇਟ ਆਫ ਪਾਪੂਲੇਸ਼ਨ ਇੰਡੀਆ ਦਾ ਜੋ ਪਾਪੂਲੇਸ਼ਨ ਦਾ ਗਰੋਥ ਰੇਟ ਹੈ ਉਹ ਵੀ ਬਹੁਤ ਜ਼ਿਆਦਾ ਹੈ 2011 ਦੀ ਪਾਪੂਲੇਸ਼ਨ ਜਦੋਂ ਕਾਊਂਟ ਕੀਤੀ ਗਈ ਤਾਂ ਜਨਸੰਖਿਆ ਦੀ ਔਸਤ ਸਾਲਾਨਾ ਦਰ ਜਿਹੜੀ ਸੀ 1.5% ਸੀ ਅਤੇ 2001 ਦੀ ਗਣਨਾ ਤੋਂ ਘੱਟ ਜੋ ਮਿਆਦ ਵਿੱਚ 1.9% ਸੀ ਜਨਸੰਖਿਆ ਦੇ ਵਾਧੇ ਦੇ ਕਾਰਨ ਸਾਡੇ ਨੈਚੁਰਲ ਰਿਸੋਰਸਿਸ ਜਿਹੜੇ ਆ ਉਹਨਾਂ ਦਾ ਬਹੁਤ ਤੇਜ਼ੀ ਦੇ ਨਾਲ ਐਕਸਪਲਾਈਟੇਸ਼ਨ ਸ਼ੋਸ਼ਣ ਆ ਜਿਹੜਾ ਹੋ ਰਿਹਾ ਲੋ ਪੇਸ ਆਫ ਇੰਡਸਟਰੀਲਾਈਜੇਸ਼ਨ ਉਦਯੋਗੀਕਰਨ ਦੀ ਧੀਮੀ ਗਤੀ ਨੋ ਡਾਊਟ ਕਿ ਸਾਡੇ ਇੱਥੇ ਇੰਡਸਟਰੀਲਾਈਜੇਸ਼ਨ ਆ ਜਿਹੜੀ ਪ੍ਰਮੋਟ ਹੋਈ ਹੈ ਇੰਡਸਟਰੀਲਾਈਜੇਸ਼ਨ ਵਧੀ ਹੈ ਪਰ ਪਾਪੂਲੇਸ਼ਨ ਦੇ ਅਕੋਰਡਿੰਗ ਪਾਪੂਲੇਸ਼ਨ ਗਰੋਥ ਰੇਟ ਦੇ ਅਕੋਰਡਿੰਗ ਸਾਡੀ ਜਿਹੜੀ ਇੰਡਸਟਰੀਲਾਈਜੇਸ਼ਨ ਆ ਉਹ ਨਹੀਂ ਹੋਈ ਅਤੇ ਸਾਡੇ ਜਿਹੜੀ 15 ਸਾਲਾਂ ਦੇ ਵਿੱਚ ਪਿਛਲੇ 15 ਸਾਲਾਂ ਨੂੰ ਛੱਡ ਕੇ ਜਿਹੜਾ ਬਾਕੀ ਸਾਡਾ ਖੇਤਰ ਰਿਹਾ ਬਾਕੀ ਸਾਡੇ ਸਾਲਾਂ ਦੇ ਵਿੱਚ ਸਾਡੀ ਉਦਯੋਗੀਕਰਨ ਦੀ ਜਿਹੜੀ ਗਤੀ ਰਹੀ ਆ ਉਹ ਬਹੁਤ ਧੀਮੀ ਰਹੀ ਆ ਉਹ ਸੰਤੋਸ਼ਜਨਕ ਨਹੀਂ ਰਹੀ ਅਤੇ ਨੈਕਸਟ ਹੈ ਜੀ ਮੈਸਿਵ ਅਨਇੰਪਲਾਈਮੈਂਟ ਐਂਡ ਅੰਡਰ ਇੰਪਲਾਈਮੈਂਟ ਬਹੁਤ ਜ਼ਿਆਦਾ ਬੇਰੁਜ਼ਗਾਰੀ ਪਾਈ ਜਾਂਦੀ ਹੈ
ਅਤੇ ਹਰੇਕ ਤਰ੍ਹਾਂ ਦੀ ਬੇਰੁਜ਼ਗਾਰੀ, ਵਾਈਟ ਕਲਰ ਜਿਹੜੀ ਬੇਰੁਜ਼ਗਾਰੀ ਉਹ ਵੀ ਪਾਈ ਜਾਂਦੀ ਆ, ਪੜ੍ਹੇ ਲਿਖੇ ਵੀ ਬੇਰੁਜ਼ਗਾਰ ਆ, ਘੱਟ ਪੜ੍ਹੇ ਲਿਖੇ ਵੀ ਬੇਰੁਜ਼ਗਾਰ ਆ, ਅਤੇ ਪਾਪੂਲੇਸ਼ਨ ਦੇ ਵਾਧੇ ਦੇ ਅਕੋਰਡਿੰਗ ਸਾਡੀਆਂ ਜਿਹੜੀਆਂ ਇੰਪਲਾਇਮੈਂਟ ਓਪਰਚੁਨਿਟੀਜ਼ ਆ ਉਹਨਾਂ ਦੇ ਵਿੱਚ ਵਾਧਾ ਨਹੀਂ ਹੋਇਆ। ਲੋਅ ਰੇਟ ਆਫ ਕੈਪੀਟਲ ਫੋਰਮੇਸ਼ਨ, ਕੈਪੀਟਲ ਫੋਰਮੇਸ਼ਨ ਕਿਸੇ ਵੀ ਅਰਥ ਵਿਵਸਥਾ ਦੇ ਵਿਕਾਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਕਿਸੇ ਵੀ ਅਰਥ ਵਿਵਸਥਾ ਦੀ ਤਰੱਕੀ ਦੇ ਲਈ ਪੂੰਜੀ ਨਿਰਮਾਣ ਇੱਕ ਮੇਨ ਆ, ਪਰ ਪੂੰਜੀ ਨਿਰਮਾਣ ਵੀ ਸਾਡੇ ਬਹੁਤ ਨੀਵੇਂ ਪੱਧਰ ਦਾ ਹੋ ਰਿਹਾ, ਬਹੁਤ ਜ਼ਿਆਦਾ ਪੂੰਜੀ ਨਿਰਮਾਣ ਸਾਡੇ ਨਹੀਂ ਹੋਇਆ। ਸ਼ੋਰਟੇਜ ਆਫ ਏਬਲ ਐਂਟਰਪਨਿਓਰਸ, ਐਂਟਰਪਨਿਓਰਸ ਵੀ ਸਾਡੇ ਬਹੁਤ ਏਬਲ ਐਂਟਰਪਨਿਓਰਸ ਦੀ ਵੀ ਇੰਡੀਆ ਦੇ ਵਿੱਚ ਕਮੀ ਪਾਈ ਜਾਂਦੀ ਹੈ। ਐਂਡ ਜਿਹੜੇ ਸਾਡੇ ਐਂਟਰਪਨਿਓਰਸ ਨੇ, ਜਿਹੜੇ ਸਾਡੇ ਵਧੀਆ ਐਂਟਰਪਨਿਓਰਸ ਹੋ ਸਕਦੇ ਨੇ, ਉਹ ਫੋਰਨ ਕੰਟਰੀਜ਼ ਦੇ ਵੱਲ ਅਟਰੈਕਟ ਹੋ ਜਾਂਦੇ ਨੇ, ਅਤੇ ਅਸੀਂ ਇੰਡਸਟਰੀਲਾਈਜੇਸ਼ਨ ਨੂੰ ਡਿਵੈਲਪ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਵੀ ਹਾਂ, ਜਦੋਂ ਅਸੀਂ ਇੰਡਸਟਰੀਲਾਈਜੇਸ਼ਨ ਦੀ ਡਿਵੈਲਪਮੈਂਟ ਦੇ ਬਾਰੇ ਵਿੱਚ ਸੋਚਦੇ ਵੀ, ਇੰਡਸਟਰੀ ਡਿਵੈਲਪਮੈਂਟ ਦੇ ਬਾਰੇ ਵਿੱਚ ਸੋਚਦੇ ਵੀ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਏਬਲ ਅਤੇ ਐਫੀਸ਼ੈਂਟ ਐਂਟਰਪਨਿਓਰਸ ਦੇ ਵਿੱਚ ਲਗਾਤਾਰ ਕਮੀ ਚੱਲੀ ਆ ਰਹੀ ਹੈ। ਆਊਟਡੇਟਡ ਸੋਸ਼ਲ ਇੰਸਟੀਟਿਊਸ਼ਨਸ, ਸਾਡੇ ਜਾਤੀਵਾਦ, ਸਾਡੇ ਸਮਾਜਿਕ ਭੇਦਭਾਵ ਬਹੁਤ ਜ਼ਿਆਦਾ ਪਾਏ ਜਾਂਦੇ ਨੇ, ਜਿਹਦੇ ਕਰਕੇ ਵੀ ਸਾਡੀ ਡਿਵੈਲਪਮੈਂਟ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ, ਜਿਹਦੇ ਕਰਕੇ ਵੀ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪ ਇਕੋਨਮੀ ਹੈ ਜਿਹੜੀ ਉਹ ਰਹਿ ਜਾਂਦੀ ਹੈ। ਡੈਫੀਸ਼ੀਐਂਟ ਹਿਊਮਨ ਕੈਪੀਟਲ, ਮਾਨਵ ਪੂੰਜੀ ਦੀ ਕਮੀ ਹੈ ਸਾਡੇ, ਬਿਨਾਂ ਸ਼ੱਕ ਸਾਡੇ ਮਾਨਵ ਪੂੰਜੀ ਦੀ ਕਮੀ ਨਹੀਂ ਹੈ, ਪਰ ਸਾਡੇ ਕੁਸ਼ਲ ਮਾਨਵ ਪੂੰਜੀ ਦੀ ਕਮੀ ਲਗਾਤਾਰ ਬਣੀ ਹੋਈ ਹੈ। ਲੋਅ ਲੈਵਲ ਆਫ ਟੈਕਨੋਲੋਜੀ, ਅੱਜ ਵੀ ਕੱਪੜਾ, ਚੀਨੀ ਵਰਗੇ ਉਦਯੋਗ ਸਾਡੇ ਕੋਲ ਹੈਗੇ ਆ, ਪਰ ਉਹ ਪੁਰਾਣੀਆਂ ਅਤੇ ਘਟੀਆ ਕਿਸਮ ਦੀਆਂ ਮਸ਼ੀਨਾਂ ਦੇ ਨਾਲ ਪ੍ਰੋਡਕਸ਼ਨ ਕਰਦੇ ਆ, ਜਿਨ੍ਹਾਂ ਨਾਲ ਪ੍ਰੋਡਕਸ਼ਨ ਘੱਟ, ਆਊਟਪੁੱਟ ਘੱਟ ਹੁੰਦੀ ਹੈ ਅਤੇ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਆਉਂਦੀ ਹੈ। ਸਭ ਤੋਂ ਵੱਡਾ ਇੱਕ ਜਿਹੜਾ ਪੁਆਇੰਟ ਹੈ ਇਸ ਵੇਲੇ ਸਾਡੀ ਇੰਡੀਅਨ ਇਕੋਨਮੀ ਨੂੰ ਇੱਕ ਅੰਡਰ ਡਿਵੈਲਪ ਇਕੋਨਮੀਜ਼ ਦੇ ਵਿੱਚ ਲਿਆ ਕੇ ਖੜ੍ਹਾ ਕਰਦਾ ਹੈ, ਉਹ ਹੈਗਾ ਡਿਊਲਿਜ਼ਮ, ਡਿਊਲਿਸਟਿਕ ਇਕਨੋਮਿਕ ਸਟਰਕਚਰ, ਦਵੈਤਵਾਦ, ਦੂਰਾਪਨ ਪਾਇਆ ਜਾਂਦਾ। ਇੱਕ ਸਾਈਡ 'ਤੇ ਹਾਈਲੀ ਡਿਵੈਲਪ ਸੈਕਟਰ, ਜਿੱਥੇ ਹਾਈਲੀ ਮਾਡਰਨ ਟੈਕਨੀਕਸ ਆਫ ਪ੍ਰੋਡਕਸ਼ਨ ਯੂਜ਼ ਹੁੰਦੀਆਂ ਨੇ, ਜਿੱਥੇ ਹਾਈਲੀ ਐਜੂਕੇਟਡ ਲੋਕ ਰਹਿੰਦੇ ਨੇ, ਜਿੱਥੇ ਹਾਈ ਪ੍ਰੋਡਕਟਿਵਿਟੀ ਹੈ ਜਿਹੜੀ ਉਤਪਾਦਕਤਾ ਬਹੁਤ ਹਾਈ ਹੈ, ਜਿੱਥੇ ਸਟੈਂਡਰਡ ਆਫ ਲਿਵਿੰਗ ਬਹੁਤ ਹਾਈ ਹੈ, ਜਿੱਥੇ ਲੈਵਲ ਆਫ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ, ਜਿੱਥੇ ਪ੍ਰੋਡਕਟਿਵਿਟੀ ਬਹੁਤ ਜ਼ਿਆਦਾ ਹੈ, ਜਿੱਥੇ ਪ੍ਰੋਫਿਟੇਬਿਲਿਟੀ ਬਹੁਤ ਜ਼ਿਆਦਾ ਹੈ, ਅਤੇ ਇੱਕ ਸਾਈਡ 'ਤੇ ਸਾਡੇ ਕੋਲ ਅੰਡਰ ਡਿਵੈਲਪਡ ਸੈਕਟਰ ਆ, ਬੈਕਵਰਡ ਸੈਕਟਰ ਆ, ਜਿੱਥੇ ਹਾਈਲੀ ਬੈਕਵਰਡ ਜਿਹੜੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਯੂਜ਼ ਹੁੰਦੀਆਂ, ਜਿੱਥੇ ਇਲਿਟਰੇਸੀ ਵੀ ਹੈ, ਜਿੱਥੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਬਹੁਤ ਘੱਟ ਆ, ਜਿੱਥੇ ਲੈਵਲ ਆਫ ਇਨਕਮ ਵੀ ਬਹੁਤ ਘੱਟ ਆ, ਔਰ ਇਹਦੇ ਕਰਕੇ ਜਿਹੜੀ ਸਾਡੀ ਇਕੋਨਮੀ ਆ ਉਹ ਦਵੈਤਵਾਦ ਆ, ਕਿ ਇੱਕ ਸਾਈਡ 'ਤੇ ਹਾਈਲੀ ਮਾਡਰਨ ਸੈਕਟਰ ਆ ਅਤੇ ਇੱਕ ਸਾਈਡ 'ਤੇ ਹਾਈਲੀ ਬੈਕਵਰਡ ਸੈਕਟਰ ਆ। ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਕਰਕੇ ਇੰਡੀਅਨ ਇਕੋਨਮੀ ਹੈ ਜਿਹੜੀ, ਇਹ ਸਾਰੀਆਂ ਵਿਸ਼ੇਸ਼ਤਾਵਾਂ ਇੰਡੀਅਨ ਇਕੋਨਮੀ 'ਚ ਪਾਈਆਂ ਜਾਂਦੀਆਂ, ਇਸੇ ਕਰਕੇ ਸ਼ਾਇਦ ਇਸੇ ਕਰਕੇ ਇੰਡੀਅਨ ਇਕੋਨਮੀ ਨੂੰ ਇੱਕ ਅੰਡਰ ਡਿਵੈਲਪਡ ਇਕੋਨਮੀ ਕਿਹਾ ਜਾਂਦਾ। ਇਹਨਾਂ ਸਾਰਿਆਂ ਦੇ ਵਿੱਚ ਚੇਂਜ ਦੀ ਜ਼ਰੂਰਤ ਆ, ਇਹਨਾਂ ਸਾਰਿਆਂ ਦੇ ਵਿੱਚ ਇੰਪਰੂਵਮੈਂਟ ਦੀ ਜ਼ਰੂਰਤ ਆ, ਜਿਹਦੇ ਨਾਲ ਇੰਡੀਅਨ ਇਕੋਨਮੀ ਆ ਜਿਹੜੀ ਉਹਦਾ ਗਰੋਥ ਰੇਟ ਹੈ ਜੋ ਉਸਦੀ ਡਿਵੈਲਪਮੈਂਟ ਹੈ ਉਸਨੂੰ ਤੇਜ਼ ਕੀਤਾ ਜਾ ਸਕੇ, ਅਤੇ ਇੱਕ ਜਿਹੜਾ ਓਬਜੈਕਟਿਵ ਆ ਸਾਡਾ ਡਿਵੈਲਪਮੈਂਟ ਦਾ, ਇਕਨੋਮਿਕ ਡਿਵੈਲਪਮੈਂਟ ਦਾ, ਉਸਨੂੰ ਅਚੀਵ ਕੀਤਾ ਜਾ ਸਕੇ। ਨੈਕਸਟ ਜਿਹੜਾ ਆ ਅਸੀਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।